ਡਾਕਟਰ ਨਰਿੰਦਰ ਕਪੂਰ ਸਿੰਘ ਦੀਆਂ ਲਿਖੀਆਂ ਕਹਾਣੀਆਂ ਘਟਨਾਵਾਂ ਤੇ ਵੇਰਵੇ ਪਹਿਲੀ ਕਹਾਣੀ ਮੇਰਾ ਇੱਕ ਮਿੱਤਰ ਕਹਿ ਰਿਹਾ ਸੀ ਜਦੋਂ ਤੱਕ ਸਕੂਲ ਦੇ ਸਿਲੇਬਸ ਵਿੱਚ ਅਲਜਬਰਾ ਰਹੇਗਾ ਬੱਚੇ ਸਕੂਲ 'ਚ ਸਵੇਰੇ ਪ੍ਰਾਰਥਨਾ ਕਰਦੇ ਰਹਿਣਗੇ ਸਕੂਲ 'ਚ ਪੜ੍ਹਦੇ ਆਂ 9ਵੀਂ ਜਮਾਤ 'ਚ ਉਹਨੂੰ ਅਲਜਬਰਾ ਬੜਾ ਔਖਾ ਲੱਗਦਾ ਸੀ ਇਹ ਉਹਦੀ ਸਭ ਤੋਂ ਵੱਡੀ ਮੁਸ਼ਕਲ ਬਣ ਗਿਆ ਸੀ ਅਲਜਬਰਾ ਪੜਦੇ ਆ ਉਹਦੀਆਂ ਅੱਖਾਂ 'ਗੇ ਧੁੰਦ ਜੀ ਪਸਰ ਜਾਂਦੀ ਸੀ ਹਿੰਸੇ ਕਬਰਾਟ ਵਿੱਚ ਦਰੁਦਰ ਹੁੰਦੇ ਵਿਖਾਈ ਦਿੰਦੇ ਸਨ ਇਸ ਤੋਂ ਬਚਣ ਦਾ ਉਹਨੇ ਹਰ ਹੀਲਾ ਉਪਰਾਲਾ ਕੀਤਾ ਅਲਜਬਰਾ ਨਾਉਣ ਕਾਰਨ ਨਾ ਡਾਕਟਰ ਬਣ ਸਕਿਆ ਨਾ ਇੰਜੀਨੀਅਰ ਉਹਨੂੰ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਸਨ ਉਹ ਚੰਗੇ ਜ਼ਮਾਨੇ ਸਨ ਉਦੋਂ ਅਲਜਬਰੇ ਦੀ ਸਮਝ ਤੋਂ ਬਿਨਾਂ ਵੀ ਰੋਜ਼ਗਾਰ ਮਿਲ ਜਾਂਦਾ ਸੀ ਉਹਨੂੰ ਵੀ ਗੁਜ਼ਾਰੇ ਜੋਗਾ ਰੋਜ਼ਗਾਰ ਮਿਲ ਗਿਆ ਸੀ ਅਲਜਬਰੇ ਦਾ ਡਾਰੂ ਸੰਦਰ ਪੀੜਾ ਢਾ ਕੇ ਬੈ ਗਿਆ ਸੀ ਇੱਕ ਦਿਨ ਉਹਨੇ ਵੇਖਿਆ 6 ਇੰਚ ਪੜਦਾ ਉਹਦਾ ਬੇਟਾ ਅਲਜਬਰੇ ਦੀ ਕਿਤਾਬ ਪੜ ਰਿਹਾ ਸੀ ਉਹਨੂੰ ਲੱਗਿਆ ਕਿ ਇਤਿਹਾਸ ਦੁਹਰਾਇਆ ਜਾਏਗਾ ਉਸ ਅੰਗ ਪੁੱਤਰ ਵੀ ਫਾਡੀ ਸਿੱਧ ਹੋਏਗਾ ਪੁੱਤਰ ਕੋਲਜ ਅਲਜਬਰੇ ਦੀ ਕਿਤਾਬ ਵੇਖ ਉਹ ਝੰਡੋੜਿਆ ਗਿਆ ਆਪਣੇ ਬੇਟੇ ਦੇ ਚਿਹਰੇ ਦੇ ਹਾ ਭਾਵੋ ਬੜੇ ਧਿਆਨ ਨਾਲ ਵੇਖ ਰਿਹਾ ਸੀ ਲੱਗ ਰਿਹਾ ਸੀ ਜੋ ਪਿਤਾ ਦੀ ਹਾਲਤ ਹੋਈ ਸੀ ਉਹੀ ਹੁਣ ਪੁੱਤਰ ਦੀ ਹੋਏਗੀ ਡਰਦਿਆਂ ਡਰਦਿਆਂ ਉਹਨੇ ਪੁੱਛਿਆ ਅਲਜਬਰਾ ਬੜਾ ਔਖਾ ਲੱਗਦਾ ਹੋਵੇਗਾ ਪੁੱਤਰ ਨੇ ਕਿਹਾ ਨਹੀਂ ਇਹ ਤਾਂ ਬੜਾ ਦਿਲਚਸਪ ਹੈ ਉਹਨੂੰ ਲੱਗਿਆ ਪੁੱਤਰ ਝੂਠ ਬੋਲ ਰਿਹਾ ਹੈ ਜਦੋਂ ਪਿਤਾ ਨੇ ਉਹਨੂੰ ਐਵੇਂ ਇੱਕ ਪ੍ਰਸ਼ਨ ਹੱਲ ਕਰਨ ਲਈ ਕਿਹਾ ਤਾਂ ਉਹਨੇ ਤਿੰਨ ਲਾਈਨਾਂ ਲਿਖ ਕੇ ਸਹੀ ਜਵਾਬ ਬੋਲ ਦਿੱਤਾ ਜਿਹੜਾ ਪਿਤਾ ਨੇ ਪੁਸਤਕ ਦੇ ਅੰਤ ਤੇ ਛਪੇ ਜਵਾਬ ਨਾਲ ਮਿਲਾਇਆ ਸਹੀ ਪਾਇਆ ਨਾਲ ਹੀ ਪੁੱਤਰ ਨੇ ਕਿਹਾ ਸਾਡੇ ਟੀਚਰ ਕਹਿੰਦੇ ਆ ਕਿ ਅਲਜਬਰਾ ਕੇਵਲ ਉਲੂਆਂ ਨੂੰ ਔਖਾ ਲੱਗਦਾ ਹੈ ਇਹ અપਮਾਨ ਪਿਤਾ ਨੇ ਖਿਹੜੇ ਮੱਥੇ ਸਵੀਕਾਰ ਕਰ ਲਿਆ ਸੀ ਕਿਉਂਕਿ ਦੇ ਮਨ ਵਿੱਚ ਦਹਾਕਿਆਂ ਤੋਂ ਬੈਠਾ ਡਰ ਨਿਕਲ ਗਿਆ ਸੀ ਮੇਰਾ ਮਿੱਤਰ ਆਪਣੇ ਪਿਤਾ ਦਾ ਲਾਇਕ ਪੁੱਤਰ ਸਾਬਤ ਨਹੀਂ ਸੀ ਹੋਇਆ ਪਰ ਉਹਦੇ ਬੇਟੇ ਨੇ ਉਹਨੂੰ ਇੱਕ ਲਾਇਕ ਪੁੱਤਰ ਦਾ ਪਿਤਾ ਹੋਣ ਦਾ ਮਾਣ ਦਿੱਤਾ ਸੀ ਅਗਲੀ ਘਟਨਾ ਮੇਰੇ ਸਾਥੀ ਅਧਿਆਪਕ ਦੀਆਂ ਕਿਤਾਬਾਂ ਉਹਦੇ ਮੇਜ਼ ਤੋਂ ਗਾਇਬ ਹੋ ਗਈਆਂ ਸਨ ਉਹ ਬੜਾ ਪਰੇਸ਼ਾਨ ਸੀ ਅਗਲੇ ਦਿਨ ਸਵੇਰੇ ਉਹਦੀ ਕਲਾਸ ਸੀ। ਉਹਨੇ ਕਲਾਸ ਨੂੰ ਕਿਹਾ, "ਮੇਰੇ ਮੇਜ਼ ਤੋਂ ਕਿਸੇ ਨੇ ਗਲਤੀ ਨਾਲ ਮੇਰੀਆਂ ਤਿੰਨ ਕਿਤਾਬਾਂ ਚੁੱਕ ਲਈਆਂ ਹਨ। ਜੇ ਕਿਸੇ ਨੂੰ ਕਿਤਾਬਾਂ ਦੀ ਲੋੜ ਹੈ ਤੇ ਮੈਂ ਆਪਣੇ ਪੈਸਿਆਂ ਨਾਲ ਨਵੀਆਂ ਖਰੀਦ ਕੇ ਭੇਟ ਕਰਨ 'ਚ ਮਾਣ ਮਹਿਸੂਸ ਕਰਾਂਗਾ। ਪਰ ਇਸ ਨਿੱਕੀ ਜਿਹੀ ਹਰਕਤ ਕਾਰਨ ਅੱਗੋਂ ਤੁਹਾਡੇ ਤੇ ਭਰੋਸਾ ਨਾ ਕਰਨ ਦਾ ਖਿਆਲ ਮੈਨੂੰ ਸ਼ਰਮਸਾਰ ਕਰ ਰਿਹਾ ਹੈ ਤੇ ਇਸ ਸੰਤਾਪ ਕਾਰਨ ਮੈਂ ਰਾਤੀ ਸੌ ਨਹੀਂ ਸਕਿਆ।" ਅਗਲੇ ਦਿਨ ਉਹ ਦੇ ਪਹੁੰਚਣ ਤੋਂ ਪਹਿਲਾਂ ਕਿਤਾਬਾਂ ਮੇਜ਼ ਤੇ ਪਈਆਂ ਸਨ ਤੇ ਇੱਕ ਚਿੱਟ ਲੱਗੀ ਹੋਈ ਸੀ ਅੱਗੇ ਤੋਂ ਐਵੇਂ ਕਦੇ ਨਹੀਂ ਹੋਏਗਾ ਜੇ ਤੁਸੀਂ ਇਸ ਘਟਨਾ ਨੂੰ ਭੁੱਲ ਸਕੋ ਇਹ ਤੁਹਾਡਾ ਮੇਰੇ ਤੇ ਸਾਡੇ ਸਾਰਿਆਂ ਤੇ ਉਪਕਾਰ ਤੇ ਐਹਸਾਨ ਹੋਏਗਾ ਅਗਲਾ ਵੀਰਵਾ ਤਰੱਕੀ ਸਿੱਖਣਾ ਬੜਾ ਵੱਡਾ ਤਜਰਬਾ ਹੁੰਦਾ ਹੈ ਸਾਈਕਲ ਚਲਾਉਣਾ ਸਿਲਾਈ ਦੀ ਮਸ਼ੀਨ ਚਲਾਉਣੀ ਗੋਲ ਫੁਲਕਾ ਬਣਾਉਣਾ ਸਿੱਖਣਾ ਵੀ ਵੱਡੇ ਤਜਰਬੇ ਹਨ ਗਲਤੀਆਂ ਹੋ ਜਾਂਦੀਆਂ ਹਨ ਗਲਤੀਆਂ ਤੋਂ ਬਚਦੇ ਆ ਹੋਰ ਗਲਤੀਆਂ ਹੋ ਜਾਂਦੀਆਂ ਹਨ ਤੇ ਹੋਈ ਜਾਂਦੀਆਂ ਹਨ ਜਦੋਂ ਬਹੁਤ ਗਲਤੀਆਂ ਹੋ ਜਾਣ ਤੇ ਹੋਈ ਜਾਣ ਤਾਂ ਅਸੀਂ ਤਰਾਕੀ ਸਿੱਖਣ ਦਾ ਸਾਈਕਲ ਚਲਾਉਣੀ ਸਿੱਖਣ ਦਾ ਵਿਚਾਰ ਤਿਆਗਣ ਬਾਰੇ ਸੋਚਣ ਲੱਗ ਪੈਂਦੇ ਆ ਇਹ ਬੜਾ ਮਹੱਤਵਪੂਰਨ ਪੜਾਅ ਹੁੰਦਾ ਜਦੋਂ ਸਾਰੀਆਂ ਗਲਤੀਆਂ ਹੋ ਚੁੱਕੀਆਂ ਹੁੰਦੀਆਂ ਤਾਂ ਅਸੀਂ ਤੈਰਨ ਲੱਗ ਪੈਂਦੇ ਆ ਸਾਈਕਲ ਚਲਾਉਣੇ ਆ ਜਾਂਦੀ ਹੈ ਸਿਲਾਈ ਸਿੱਧੀ ਹੋਣ ਲੱਗ ਪੈਂਦੀ ਹੈ ਅਸੀਂ ਹੱਥ ਛੱਡ ਕੇ ਸਾਈਕਲ ਚਰਾਉਣ ਲੱਗ ਪੈਂਦੇ ਆ ਗੱਲਾਂ ਕਰਨ ਦੇ ਬਾਵਜੂਦ ਫੁਲਕਾ ਗੋਲ ਹੋਣ ਲੱਗ ਪੈਂਦਾ ਹੈ ਸਲਾਈ ਦੀ ਮਸ਼ੀਨ ਦੌੜਨ ਲੱਗ ਪੈਂਦੀ ਹੈ ਤੇ ਤਰੱਕੀ ਦੇ ਮੁਕਾਬਲੇ 'ਚ ਹੋਰਾਂ ਨੂੰ ਅਸੀਂ ਪਛਾੜ ਦਿੰਨੇ ਆ ਜ਼ਿੰਦਗੀ 'ਚ ਵੀ ਐਵੇਂ ਹੀ ਵਾਪਰਦਾ ਹੈ ਗਲਤੀਆਂ ਦੇ ਅਖੀਰ ਤੇ ਸਫਲਤਾ ਮੁਸਕੁਰਾ ਰਹੀ ਹੁੰਦੀ ਹੈ ਇਹਨਾਂ ਗਲਤੀਆਂ ਦੇ ਪਾਰ ਜ਼ਿੰਦਗੀ ਦੀ ਮਾਲ ਰੋਡ ਹੁੰਦੀ ਹੈ ਅਗਲੀ ਕਹਾਣੀ ਇੱਕ yogi ਪਹਾੜੀ ਤੇ ਸਾਧਨਾ ਕਰਨ ਲਈ ਗਿਆ ਉਸ ਕੋਲ ਕੱਪੜਿਆਂ ਦਾ 21 ਜੋੜਾ ਸੀ ਉੱਪਰ ਠੰਡ ਸੀ ਵਾਪਸ ਪਿੰਡ ਆਇਆ ਕੰਬੜ ਲੈ ਗਿਆ ਕੱਪੜਿਆਂ ਦਾ ਜੋੜਾ ਧੋ ਕੇ ਸੁਕਣਾ ਪਾਇਆ ਵੇਖਿਆ ਚੂਹਾ ਕੁਤਰ ਰਿਹਾ ਸੀ ਵਾਪਸ ਪਿੰਡ ਆਇਆ ਇੱਕ ਬਿੱਲੀ ਲੈ ਗਿਆ ਬਿੱਲੀ ਨੇ ਚੂਹਾ ਖਾ ਲਿਆ ਤੇ ਫਲ ਖਰਾਬ ਕਰਨ ਲੱਗ ਪਈ ਵਾਪਸ ਪਿੰਡ ਆਇਆ ਕੁੱਤਾ ਲੈ ਗਿਆ ਕੁੱਤੇ ਨੇ ਬਿੱਲੀ ਭਜਾ ਦਿੱਤੀ ਪਰ ਦੁੱਧ ਨਾ ਹੋਣ ਕਰਕੇ ਕੁੱਤਾ ਭੁੱਖਾ ਰਹਿੰਦਾ ਸੀ ਪਿੰਡ ਵਾਪਸ ਆਇਆ ਗਊ ਲੈ ਗਿਆ योगी ਫਲਤਾ ਖਾਂਦਾ ਹੀ ਸੀ ਗਊ ਦਾ ਦੁੱਧ ਪੀਣ ਲੱਗ ਪਿਆ ਤੇ ਉਹ ਤੰਦਰੁਸਤ ਤੇ ਸੋਹਣਾ ਪੁਰਸ਼ ਲੱਗਣ ਲੱਗ ਪਿਆ ਇੱਕ ਇਸਤਰੀ ਆਪਣੀ ਗਵਾਚੀ ਬੱਕਰੀ ਦੀ ਭਾਲ ਚੋਂ ਉੱਧਰ ਆਈ yogi ਨੂੰ ਵੇਖਿਆ ਦੋਹਾਂ ਦਾ ਆਪਸ ਵਿੱਚ ਪਿਆਰ ਹੋ ਗਿਆ ਉਹ ਇਸਤਰੀ ਕਈ ਵਾਰ ਆਈ yogi ਦਾ ਹਾਲ ਵੇਖ ਕੇ ਉਹਨੇ ਕਿਹਾ ਤੈਨੂੰ ਇੱਕ ਪਤਨੀ ਦੀ ਲੋੜ ਹੈ ਤੇਰੀ ਦੇਖਭਾਲ ਕਰਨ ਲਈ ਤਿੰਨ ਸਾਲ ਮਗਰੋਂ ਉਸ yogi ਕੋਲ ਇੱਕ ਪਤਨੀ ਦੋ ਬੱਚੇ ਤਿੰਨ ਗਊਆਂ ਸਨ ਉਨੇ ਪਹਾੜੀ ਤੇ ਮੰਦਰ ਉਸਾਰ ਲਿਆ ਸੀ ਸਰਦਾਲੂਆਂ ਦਾ ਚੜਾਵਾ ਆਉਣ ਲੱਗ ਪਿਆ ਸੀ yogi ਵਪਾਰੀ ਬਣ ਗਿਆ ਸੀ ਅਸੀਂ ਸਾਰੇ yogi ਬਣਦੇ ਯਤਨ ਚ ਕੁਝ ਹੋਰ ਹੀ ਬਣ ਜਾਂਦੇ ਆ ਇਹ ਇੱਕ yogi ਦੀ ਕਹਾਣੀ ਨਹੀਂ ਇਹ ਹਰੇਕ ਵਿਅਕਤੀ ਦੀ ਕਹਾਣੀ ਹੈ ਅਗਲਾ ਵੇਰਵਾ ਉਦਾਸ ਹੋ ਅਖਬਾਰ ਨਾ ਪੜੋ ਖਬਰਾਂ ਹੋਰ ਉਦਾਸ ਕਰਨਗੀਆਂ ਡੈੜੀਆਂ ਖਬਰਾਂ ਪੜੋਗੇ ਦਿਲ ਕਹੇਗਾ ਕਾਸ਼ ਮੈਂ ਅਨਪੜੀ ਹੁੰਦਾ ਕੁਝ ਉਹ ਪੜੋ ਜਿਹਦੇ ਅਰਥ ਸਦੀਵੀ ਹੋਣ ਪੈਸੇ ਨਹੀਂ ਤਾਂ ਕਿਸੇ ਰਿਸ਼ਤੇਦਾਰ ਦੇ ਘਰ ਨਾ ਜਾਓ ਉਹ ਸਮਝੇਗਾ ਪੈਸੇ ਮੰਗਣ ਆਏ ਹੋ ਉਰਖਾ ਵਰਤਾਓ ਕਰੇਗਾ ਹੋਰ ਉਦਾਸ ਹੋ ਜਾਓਗੇ ਸਾਂਝੀਆਂ ਖੁੱਲੀਆਂ ਥਾਵਾਂ ਤੇ ਜਾਓ ਵਹਿੰਦੇ ਪਾਣੀ ਦੇ ਕਿਨਾਰੇ ਬੈਠੋ ਦਰਖਤ ਦੀ ਛਾਂ 'ਚ ਬੈਠੋ ਮਨ ਸ਼ਾਂਤੀ ਮਹਿਸੂਸ ਕਰੇਗਾ ਜੇ ਕੋਲ ਕੁਝ ਨਹੀਂ ਤੱਕ ਕਿਸੇ ਰਿਸ਼ਤੇਦਾਰ ਨੂੰ ਘਰ ਨਾ ਬੁਲਾਓ ਉਹ ਬੁਲਾਉਣ ਤੇ ਵੀ ਨਹੀਂ ਆਵੇਗਾ ਉਹਦੇ ਇੱਕ ਥਕਾ ਦੇਗੀ ਤੁਸੀਂ ਹੋਰ ਉਦਾਸ ਹੋ ਜਾਓਗੇ ਰਿਸ਼ਤੇਦਾਰਾਂ 'ਚ ਦੋਸ਼ ਨਾ ਕੱਢੋ ਇਹ ਦੁਨੀਆ ਦਾ ਸੁਭਾਅ ਹੈ ਦੁਨੀਆ ਚੱਲਦਿਆਂ ਨਾਲ ਚੱਲਦੀ ਹੈ ਰੁਕਿਆ ਨਾਲ ਰੁਕਦੀ ਨਹੀਂ ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੁੰਦਾ ਹੈ ਉਹਨਾਂ ਨੂੰ ਭਰਦੀ ਹੈ ਖਾਲੀਆਂ ਵੱਲ ਧਿਆਨ ਨਹੀਂ ਦਿੰਦੀ ਜਿਵੇਂ ਰਿਸ਼ਤੇਦਾਰ ਕਰ ਰਹੇ ਹਨ ਅਸੀਂ ਵੀ ਉਵੇਂ ਹੀ ਕਰਦੇ ਰਹਿਆ ਇਹ ਨਾ ਕਹੋ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ ਅਸੀਂ ਕਿੰਨਿਆਂ ਦੀ ਕੀਤੀ ਸ਼ਾਂਤ ਰਹੋ ਸੰਜਮ ਵਰਤੋ ਸਾਦਗੀ ਅਪਣਾਓ ਚੁੱਪ ਰਹੋ ਉਡੀਕ ਕਰੋ ਗੁਆਚੇ ਦਿਨ ਮੁੜ ਆਉਣਗੇ ਉਦਾਸੀ ਮੁੱਕ ਜਾਏਗੀ ਪਤਝੜ ਬਹਾਰ ਬਣ ਜਾਏਗੀ ਪਤਝੜ ਤੋਂ ਮਗਰੋਂ ਬਹਾਰ ਹੀ ਆਉਂਦੀ ਹੈ ਅਗਲੀ ਕਹਾਣੀ ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦਾ ਹਾਂ ਕਿ ਆਪਣੀ ਗੱਲ ਕਿਵੇਂ ਮੰਨਵਾਉਣੀ ਹੈ ਮੈਂ ਦੱਸ ਰਿਹਾ ਸੀ ਕਿ ਇਕਾਤਵਾਰ ਦੀ ਸਵੇਰ ਨੂੰ ਸਾਡੇ ਮਹੱਲੇ 'ਚ ਸੱਤ ਸਾਧੂ ਆ ਗਏ। ਉਹਨਾਂ ਦੇ ਗਾਉਣ ਦੀ ਆਵਾਜ਼ ਨਾਲ ਮੈਂ ਜਾਗ ਪਿਆ ਸਾਂ। ਉਹਨਾਂ ਲਈ ਮੈਂ ਆਪਣੇ بیٹے ਰਾਈ 10 ਰੁਪਏ ਭੇਜੇ। ਸਾਧੂਆਂ ਨੇ بیٹے ਨੂੰ ਪੁੱਛਿਆ, "ਇਹ ਤੂੰ ਆਪਣੇ ਕੋਲੋਂ ਦੇ ਰਿਹਾ ਜਾਂ ਪਿਤਾ ਨੇ ਭੇਜੇ ਹਨ?" "ਅਸੀਂ ਤੇਰੇ ਤੋਂ ਨਹੀਂ ਲੈਣੀ, ਤੇਰੇ ਪਿਤਾ ਤੋਂ ਹੀ ਲਵਾਂਗੇ।" ਮੈਨੂੰ ਉਹਨਾਂ ਦੇ ਵਿਹਾਰ ਤੇ ਹੈਰਾਨੀ ਹੋਈ ਕਿਉਂਕਿ ਭਾਵੇਂ ਭਾਵੇਂ ਉਹ ਅਨਪੜ੍ਹ ਸਨ ਪਰ ਉਹਨਾਂ 'ਚ ਆਪਣੀ ਗੱਲ ਮੰਨਵਾਉਣ ਦਾ ਸਵੈ-ਵਿਸ਼ਵਾਸ ਸੀ। ਮੈਨੂੰ ਥੱਲੇ ਜਾਣਾ ਪਿਆ। ਉਹ ਬੈਠੇ ਸਨ। ਜੀਵੇਂ ਧਰਨਾ ਮਾਰਿਆ ਹੋਵੇ ਕਹਿਣ ਲੱਗੇ ਸਾਨੂੰ ਪੈਸੇ ਨਹੀਂ ਚਾਹੀਦੇ ਸਾਡੀ ਇੱਛਾ ਪੂਰੀ ਕਰੋ ਤੁਸੀਂ ਸਾਡੀ ਇੱਛਾ ਪੂਰੀ ਕਰ ਸਕਦੇ ਹੋ ਜੇ ਪੂਰੀ ਕਰਨ ਦਾ ਵਾਅਦਾ ਕਰੋਗੇ ਤਾਂ ਦੱਸਾਂਗੇ ਮੈਂ ਪੁੱਛਿਆ ਕੀ ਇੱਛਾ ਹੈ ਕਹਿਣ ਲੱਗੇ ਪਹਿਲਾਂ ਕਹੋ ਪੂਰੀ ਕਰਾਂਗੇ ਤੁਹਾਡੇ ਕੋਲ ਪੂਰੀ ਕਰਨ ਦੀ ਸ਼ਕਤੀ ਹੈ ਭਗਵਾਨ ਨੇ ਤੁਹਾਨੂੰ ਸ਼ਕਤੀ ਦਿੱਤੀ ਹੈ ਮੈਨੂੰ ਲੱਗਿਆ ਮੈਨੂੰ ਕਾਬੂ ਕਰੀ ਜਾ ਰਹੇ ਹੈ ਮੈਂ ਕਿਹਾ ਪਹਿਲਾਂ ਦੱਸੋ ਕੀ ਇੱਛਾ ਹੈ ਉਹਨਾਂ ਦੇ ਆਗੂ ਨੇ ਕਿਹਾ ਸਾਨੂੰ ਪ੍ਰਿਆਗ ਦੀ ਤੀਰਥ ਯਾਤਰਾ ਤੇ ਭੇਜੋ ਸਾਡਾ ਖਰਚਾ ਤੁਸੀਂ ਕਰੋ ਮੈਨੂੰ 15 ਸਾਲ ਨੌਕਰੀ ਕਰਕੇ ਵੀ ਮਾਲਕਾਂ ਨੂੰ 100 ਰੁਪਇਆ ਤਨਖਾਹ ਵਧਾਉਣ ਵਾਸਤੇ ਕਹਿਣ ਦਾ ਹੌਸਲਾ ਨਹੀਂ ਸੀ ਪਿਆ ਪਰ ਮੈਂ ਹੈਰਾਨ ਸੀ ਕਿ ਕਿਵੇਂ ਇਹ ਬੰਦਾ ਜੀ ਨੇ ਮੈਨੂੰ ਸੁੱਤੇ ਨੂੰ ਜਗਾਇਆ ਪਜਾਮੇ ਵਿੱਚ ਨੰਗੇ ਪੈਰੀ ਤਿੰਨ ਮੰਜ਼ਲਾ ਪੌੜੀਆਂ ਉਤਰਵਾਇਆ ਤੇ ਹੁਕਮ ਦੇਣ ਵਾਂਗ ਕਹਿ ਰਿਹਾ ਕਿ ਸੱਤ ਬੰਦਿਆਂ ਨੂੰ ਪ੍ਰਿਆਗ ਭੇਜੋ ਮੈਂ ਮਨ ਚ ਸੋਚਿਆ ਇਹਦੀ ਹਿੰਮਤ ਤਾਂ ਵੇਖੋ ਮੈਂ ਪੁੱਛਿਆ ਕਿੰਨਾ ਖਰਚਾ ਆਏਗਾ ਉਹਨੇ ਕਿਹਾ ਸਾਰੇ 700 ਰੁਪਏ ਲੱਗਣਗੇ ਸਵੇਰ ਦੇ 7 ਵਜੇ ਸਨ ਉਹ ਸੱਤ ਬੰਦਿਆਂ ਲਈ 700 ਰੁਪਏ ਦੇਣ ਲਈ ਕਹਿ ਰਿਹਾ ਸੀ ਮੈਂ ਕਿਹਾ ਸੱਤ ਦਾ ਨਹੀਂ ਇੱਕ ਦਾ ਖਰਚਾ ਦਵਾਂਗਾ ਉਹਨੇ ਕਿਹਾ ਸਾਨੂੰ ਨਖੇੜੋ ਨਾ ਸਾਡੇ ਕੋਲ ਚਾਰ ਦਾ ਖਰਚਾ ਹੈ ਤਿੰਨ ਦਾ ਦੇ ਦਿਓ ਮੈਂ ਕਿਹਾ 100 ਰੁਪਏ ਦੇਵਾਂਗਾ ਜੋ ਮਰਜ਼ੀ ਕਰੋ 100 ਤੋਂ ਵੱਧ ਨਹੀਂ ਮਿਲਣਗੇ ਉਹ ਸਮਝ ਰਿਹਾ ਸੀ ਕਿ 100 ਤਾਂ ਉਹਦੀ ਜੇਬ 'ਚ ਹਨ ਉਹ ਬਿਨਾਂ ਕਿਸੇ ਝਿਜਕ ਦੇ ਪੂਰੇ ਵਿਸ਼ਵਾਸ ਨਾਲ 300 ਦੇਣ ਲਈ ਕਹਿ ਰਿਹਾ ਸੀ ਜਿਵੇਂ ਮੈਂ ਉਹਦਾ ਉਧਾਰ ਦੇਣਾ ਹੋਵੇ ਉਹਨੇ ਕਿਹਾ 100 ਅਸੀਂ ਨਹੀਂ ਲੈਣਾ ਜਿੰਨਾ ਵੱਧ ਤੋਂ ਵੱਧ ਦੇ ਸਕਦੇ ਹੋ ਦੇ ਦਿਓ ਅਸੀਂ ਇਸ ਦਰ ਤੋਂ ਖੁਸ਼ ਹੋ ਕੇ ਜਾਣਾ ਚਾਹੁੰਦੇ ਹਾਂ ਅਖੀਰ ਤੇ ਮੈਂ ਅੰਦਰ ਜਾ ਕੇ 150 ਰੁਪਏ ਉਹਨਾਂ ਨੂੰ ਉਹਨਾਂ ਤੋਂ ਇਹ ਸਬਕ ਸਿੱਖਣ ਦੇ ਦਿੱਤੇ ਕਿ ਆਪਣੀ ਗੱਲ ਕਿਵੇਂ ਮਨਵਾਈ ਦੀ ਹੈ ਅਗਲੇ ਦਿਨ ਗਵੰਡੀ ਨੇ ਪੁੱਛਿਆ ਕੱਲ ਅੱਠ ਸਾਧੂ ਤੇਰੇ ਘਰ ਬਾਹਰ ਕੀ ਕਰ ਰਹੇ ਸੀ ਮੈਂ ਕਿਹਾ ਸਾਧੂ ਤਾਂ ਇੱਕ ਹੀ ਸੀ ਸੱਤ ਆਦਮੀਆਂ ਨੇ ਉਹਨੂੰ ਘੇਰਿਆ ਹੋਇਆ ਸੀ ਅਗਲਾ ਵੇਰਵਾ ਜੋ ਰਿਸ਼ਤਾ ਦਰਖਤ ਦਾ ਟਾਣੀ ਨਾਲ ਟਾਣੀ ਦਾ ਬੰਦਰ ਨਾਲ ਰੋਟੀ ਦਾ ਪਲੇਟ ਨਾਲ ਸ਼ੇਰਾਂ ਦਾ ਉਛਾਲ ਨਾਲ ਵਪਾਰ ਦਾ ਮੰਡੇ ਨਾਲ ਸੁੱਕੀ ਲੱਕੜੀ ਦਾ ਟਾਲ ਨਾਲ ਮਰੀਜ਼ ਦਾ ਹਸਪਤਾਲ ਨਾਲ ਜਵਾਬ ਦਾ ਸਵਾਲ ਨਾਲ ਔਰਤ ਦਾ ਸ਼ਿੰਗਾਰ ਨਾਲ ਪੁਰਸ਼ ਦਾ ਰੋਜ਼ਗਾਰ ਨਾਲ ਲੰਗਰ ਦਾ ਦਾਲ ਨਾਲ ਵਿਆਹ ਦਾ ਤਲਾਕ ਨਾਲ ਕਰਮਚਾਰੀਆਂ ਦਾ ਹੜਤਾਲ ਨਾਲ ਦੁਕਾਨਦਾਰ ਦਾ ਲਾਭ ਨਾਲ ਵਿਦਿਆਰਥੀਆਂ ਦਾ ਪ੍ਰੀਖਿਆ ਨਾਲ ਯਾਤਰੀ ਦਾ ਨੈਣੀਤਾਲ ਨਾਲ ਆਗਰੇ ਦਾ ਤਾਜ ਨਾਲ ਸ਼ੈਂਪੂ ਦਾ ਵਾਲ ਨਾਲ ਫੁੱਟਬਾਲ ਦਾ ਬੰਗਾਲ ਨਾਲ ਲਾਇਬ੍ਰੇਰੀ ਦਾ ਕਿਤਾਬ ਨਾਲ ਹੋਲੀ ਦਾ ਗੁਲਾਲ ਨਾਲ ਮੋਬਾਈਲ ਦਾ ਕਾਲ ਨਾਲ ਹੁੰਦਾ ਉਹੀ ਰਿਸ਼ਤਾ ਪੁਰਸ਼ ਦਾ ਇਸਤਰੀ ਨਾਲ ਹੁੰਦਾ ਅਗਲੀ ਕਹਾਣੀ ਇੱਕ ਗਰੀਬ ਆਦਮੀ ਸਬਜ਼ੀ ਵੇਚਦਾ ਸੀ ਤੇ ਹਰ ਰੋਜ਼ ਕੋਈ ਇੱਕ ਸਬਜ਼ੀ ਦਾਨ ਕਰਿਆ ਕਰਦਾ ਸੀ ਲੋਕ ਅਸੀਸਾਂ ਦਿੰਦੇ ਸਨ ਤੇਰਾ ਭਲਾ ਹੋਏਗਾ ਲੋਕਾਂ ਦੀਆਂ ਅਸੀਸਾਂ ਨਾਲ ਉਹ ਅਗਲੇ ਜਨਮ ਚ ਰਾਜਾ ਬਣ ਗਿਆ ਉਹਨੂੰ ਯਾਦ ਸੀ ਕਿ ਉਹ ਪਿਛਲੇ ਜਨਮ 'ਚ ਸਬਜ਼ੀ ਦਾਨ ਦਿਆ ਕਰਦਾ ਸੀ। ਉਹਨੇ ਇੱਕ ਸਬਜ਼ੀ ਦਾ ਦਾਨ ਜਾਰੀ ਰੱਖਿਆ। ਉਹ ਤੋਂ ਅਗਲੇ ਜਨਮ 'ਚ ਉਹ ਭਿਖਾਰੀ ਬਣਿਆ। ਉਹਨੇ ਰੱਬ ਨੂੰ ਬੇਨਤੀ ਕਰਕੇ ਪੁੱਛਿਆ ਇਹ ਕਿਉਂ? ਉੱਤਰ ਮਿਲਿਆ। ਪਿਛਲੇ ਤੋਂ ਪਿਛਲੇ ਜਨਮ ਤੋਂ ਗਰੀਬ ਸੀ। ਇੱਕ ਸਬਜ਼ੀ ਦਾ ਦਾਨ ਬੜਾ ਵੱਡਾ ਦਾਨ ਸੀ। ਫਿਰ ਤੂੰ ਰਾਜਾ ਬਣਿਆ। ਰਾਜਾ ਹੋ ਕੇ ਇੱਕ ਸਬਜ਼ੀ ਦਾ ਦਾਨ ਤੁੱਛ ਦਾਨ ਸੀ। ਦਾਨ ਤਾਂ ਹੀ ਦਾਨ ਹੈ ਜੇ ਉਹ ਦਾਨ ਦੇਣ ਵਾਲੇ ਦੀ ਅਕਾਤ ਅਨੁਸਾਰ ਹੋਵੇ। ਅਗਲੀ ਘਟਨਾ ਖੁਸ਼ਾਲ ਲੋਕ ਭਾਵੇਂ ਗਰੀਬ ਹੋ ਜਾਣ ਪਰ ਉਹਨਾਂ ਦੇ ਵਿਹਾਰ ਵਿੱਚ ਖੁਸ਼ਹਾਲੀ ਚਲਕਦੀ ਰਹਿੰਦੀ ਹੈ। ਜਦੋਂ ਯੂਰਪ ਵਿੱਚ ਪਿਛਲੀ ਸਦੀ ਦੇ ਤੀਜੇ ਦਹਾਕੇ ਵਿੱਚ ਗੰਭੀਰ ਮੰਦ ਮੰਦਵਾੜਾ ਪਿਆ ਤਾਂ ਸਰਕਾਰਾਂ ਨੇ ਗਰੀਬ ਲੋਕਾਂ ਦੀ ਮਦਦ ਕਰਨ ਦੇ ਉਪਰਾਲੇ ਕੀਤੇ। ਇੱਕ ਗਰੀਬੇ ਇਲਾਕੇ 'ਚ ਇੱਕ ਪ੍ਰਸਿੱਧ ਪੱਤਰਕਾਰ ਝੁੱਗੀ 'ਚ ਰਹਿਣ ਵਾਲੀ ਕਿਸਤਰੀ ਕੋਲ ਗਿਆ। ਉਹਦੀ ਝੁੱਗੀ 'ਚ ਥਾਂ-ਥਾਂ ਮੋਰियां ਸਨ ਜਿੱਥੇ ਉਹਨੇ ਅਖਬਾਰਾਂ ਫਸਾਈਆਂ ਹੋਈਆਂ ਸਨ ਪੱਤਰਕਾਰ ਨੇ ਪੁੱਛਿਆ ਜੇ ਸਰਕਾਰ ਤੁਹਾਨੂੰ 100 ਡਾਲਰ ਦੇਵੇ ਤਾਂ ਤੁਸੀਂ ਕੀ ਕਰੋਗੇ ਇਸਤਰੀ ਨੇ ਕਿਹਾ ਕਿਸੇ ਉਸ ਨੂੰ ਦੇਾਂਗੀ ਜਿਸ ਕੋਲ ਝੁੱਗੀ ਵੀ ਨਹੀਂ ਹੈ ਅਗਲੀ ਕਹਾਣੀ ਇੱਕ ਪੰਛੀ ਤੇ ਇੱਕ ਮੱਛੀ ਦਾ ਪਿਆਰ ਹੋ ਗਿਆ ਪੰਛੀ ਨਿਰਾਸ਼ਾਵਾਦੀ ਸੀ ਮੱਛੀ ਆਸ਼ਾਵਾਦੀ ਸੀ ਨਿਰਾਸ਼ਾਵਾਦੀ ਪੁਰਸ਼ ਹੀ ਹੁੰਦੇ ਹਨ ਇਸਤਰੀਆਂ ਅਕਸਰ ਅੱਛਾ ਵਾਦੀ ਹੁੰਦੀਆਂ ਹਨ ਪੰਛੀ ਨੇ ਕਿਹਾ ਬੜੇ ਦੁੱਖ ਦੀ ਗੱਲ ਐ ਪਤਾ ਨਹੀਂ ਸਾਡੇ ਨਾਲ ਇਹ ਅਨਿਆਖ ਕਿਉਂ ਹੋਇਆ ਐ ਅਸੀਂ ਇਕੱਠੇ ਨਹੀਂ ਰਹਿ ਸਕਦੇ ਮੈਂ ਸਮੁੰਦਰ 'ਚ ਨਹੀਂ ਰਹਿ ਸਕਦਾ ਤੂੰ ਅਸਮਾਨ 'ਚ ਨਹੀਂ ਆ ਸਕਦੀ ਮੱਛੀ ਨੇ ਕਿਹਾ ਇਸ ਨਿਰਾਸ਼ਾ ਵਿੱਚ ਵੀ ਆਸ ਐ ਏਵੇਂ ਸਾਡੇ ਵਿੱਚ ਹਮੇਸ਼ਾ ਪਿਆਰ ਰਹੇਗਾ ਕਿਉਂਕਿ ਨਿਰੰਤਰ ਵਿਛੜੇ ਰਹਿਣ ਕਰਕੇ ਸਾਡੇ ਵਿੱਚਕਾਰ ਮਿਲਣ ਦੀ ਤਾਂਗ ਕਦੀ ਨਹੀਂ ਮਰੇਗੀ ਅਗਲੀ ਘਟਨਾ ਦੂਜੇ ਵਿਸ਼ਵ ਯੁੱਧ ਦੌਰਾਨ ਜਿਸ ਦੇਸ਼ ਤੋਂ ਇੰਗਲੈਂਡ ਨੂੰ ਅੰਡਿਆਂ ਦੀ ਸਪਲਾਈ ਆਉਂਦੀ ਸੀ ਉਸ ਤੇ ਜਰਮਨੀ ਦਾ ਕਬਜ਼ਾ ਹੋਣ ਨਾਲ ਸਪਲਾਈ ਬੰਦ ਹੋ ਗਈ ਸੀ ਜਰਮਨੀ ਇੰਗਲੈਂਡ ਉੱਤੇ ਵੀ ਹਮਲੇ ਕਰ ਰਿਹਾ ਸੀ ਸੋ ਸਥਿਤੀ ਅਜਿਹੀ ਸੀ ਕਿ ਕਿਸੇ ਹੋਰ ਦੇਸ਼ ਤੋਂ ਬਦਲਵੇਂ ਪ੍ਰਬੰਧ ਕਰਨੇ ਵੀ ਸੰਭਵ ਨਹੀਂ ਸਨ ਇੰਗਲੈਂਡ ਦੀ ਸਰਕਾਰ ਨੇ ਐਲਾਨ ਕੀਤਾ ਕਿ ਅੰਡੇ ਕੇਵਲ ਗਰਭਵਤੀ ਔਰਤਾਂ ਤੇ ਹਸਪਤਾਲ ਚ ਦਾਖਲ ਮਰੀਜ਼ਾਂ ਨੂੰ ਦਿੱਤੇ ਜਾਣਗੇ ਖੋਰਾਂ ਲਈ ਅੰਡੇ ਖਰੀਦਣੇ ਮਨਾ ਸਨ ਦੇਸ਼ ਵਾਸੀ ਯੁੱਧ ਕਾਰਨ ਸਰਕਾਰ ਦੀ ਦਿਲ ਜਾਨ ਨਾਲ ਹਮਾਇਤ ਕਰ ਰਹੇ ਸਨ ਤੇ ਪੂਰਾ ਸਹਿਯੋਗ ਦੇ ਰਹੇ ਸਨ ਅੰਡਿਆਂ ਸੰਬੰਧੀ ਹੁਕਮ ਸੁਣ ਕੇ ਆਪਣੇ ਘਰਾਂ ਚ ਪਏ ਅੰਡੇ ਹਸਪਤਾਲ ਨੂੰ ਭੇਟ ਕਰਨ ਲਈ ਅਗਲੇ ਦਿਨ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ ਅਗਲਾ ਵੀਰਵਾ ਮਨੁੱਖ ਦੇ ਸਾਰੇ ਮੀਟਰ ਉਹਦੇ ਚਿਹਰੇ ਤੇ ਲੱਗੇ ਹੁੰਦੇ ਹਨ ਠੋਡੀ ਕੇਵਲ ਮਨੁੱਖ ਦੀ ਹੁੰਦੀ ਹੈ ਠੋਡੀ ਕਾਰਨ ਹੀ ਮਨੁੱਖ ਇੱਕ ਦੂਜੇ ਤੋਂ ਵੱਖਰੇ ਲੱਗਦੇ ਹਨ ਠੋਡੀ ਕਾਰਨ ਮਨੁੱਖ ਦਾ ਮੂੰਹ ਤੇ ਅੱਖਾਂ ਚਿਹਰੇ ਤੇ ਹਾਵੀ ਨਹੀਂ ਹੁੰਦੀਆਂ ਜੇ ਠੋਡੀ ਨਾ ਹੁੰਦੀ ਤਾਂ ਹਰੇਕ ਵਿਅਕਤੀ ਵੱਖਰੀ ਨਸਲ ਦਾ ਬਾਂਦਰ ਲੱਗਣਾ ਸੀ ਮਨੁੱਖ ਦੀਆਂ ਅੱਖਾਂ ਵਿੱਚੋਂ ਅਕਲ ਤੇ ਨੱਕ ਵਿੱਚੋਂ ਮੂਰਖਤਾ ਝਲਕਦੀ ਹੈ ਕੁਦਰਤ ਨੇ ਅਕਲ ਤੇ ਮੂਰਖਤਾ ਵਿੱਚ ਸੰਤੁਲਨ ਬਣਾਉਣ ਲਈ ਅੱਖਾਂ ਦੇ ਥੱਲੇ ਨੱਕ ਲਾਇਆ ਹੈ ਮਨੁੱਖ ਨੂੰ ਅੱਖਾਂ ਦਾ ਮਾਣ ਹੁੰਦਾ ਹੈ ਤੇ ਨੱਕ ਦੀ ਸ਼ਰਮ ਆਉਂਦੀ ਹੈ ਪਤਲੇ ਬੰਦੇ ਦਾ ਨੱਕ ਉਮਰ ਦੇ ਵਧਨ ਨਾਲ ਵੱਡਾ ਮੋਟਾ ਹੋ ਜਾਂਦਾ ਹੈ ਤੇ ਮੋٹے ਬੰਦੇ ਦਾ ਅਕਸਰ ਛੋਟਾ ਹੋ ਜਾਂਦਾ ਹੈ। ਸਵਾਦ ਜੀਭ 'ਚ ਨਹੀਂ ਹੁੰਦਾ ਨੱਕ 'ਚ ਹੁੰਦਾ ਹੈ। ਜੇ ਨੱਕ ਬੰਦ ਹੋਵੇ ਤਾਂ ਚੀਜ਼ਾਂ ਸਵਾਦ ਨਹੀਂ ਲੱਗਦੀਆਂ। ਅਸੀਂ ਕੁਝ ਖਾਂਦਿਆਂ ਨਾਲ ਸੁੰਘਦੇ ਵੀ ਹਾਂ। ਸੁੰਘਣ ਨਾਲ ਕੁਝ ਖਾਣ ਤੋਂ ਪਹਿਲਾਂ ਹੀ ਉਹਦਾ ਸਵਾਦ ਪਤਾ ਲੱਗ ਜਾਂਦਾ ਹੈ। ਕੋਈ ਚੀਜ਼ ਖਰਾਬ ਹੋ ਗਈ ਹੈ ਕਿ ਨਹੀਂ ਜਾਣਨ ਲਈ ਅਸੀਂ ਉਹਨੂੰ ਸੁੰਘਦੇ ਹਾਂ। ਜਦੋਂ ਬੁਢਾਪੇ 'ਚ ਸੁੰਘਣ ਸ਼ਕਤੀ ਘਟ ਜਾਂਦੀ ਹੈ ਤਾਂ ਚੀਜ਼ਾਂ ਸਵਾਦ ਲੱਗਣੋਂ ਹਟ ਜਾਂਦੀਆਂ। ਇਸਤਰੀਆਂ 'ਚ ਸੁਗੰਧ ਸ਼ਕਤੀ ਵਧੇਰੇ ਹੁੰਦੀ ਹੈ। ਉਹਨਾਂ ਨੂੰ ਛੱਟ ਬਦਬੂ ਆਉਣ ਲੱਗ ਪੈਂਦੀ ਹੈ। ਇਸੇ ਲਈ ਉਹ ਸਾਫ ਸਫਾਈ ਦਾ ਵਧੇਰੇ ਧਿਆਨ ਰੱਖਦੀਆਂ। ਦੰਦਾਂ ਨੂੰ ਖਾਣ ਵਾਲੀ ਚੀਜ਼ ਨੂੰ ਕੱਟਣ ਲਈ, ਜੀਭ ਨੂੰ ਮੂੰਹ ਅੰਦਰ ਚੀਜ਼ ਉਲਟਾਉਣ ਪਲਟਾਉਣ ਲਈ, ਬੁੱਲਾਂ ਨੂੰ ਚੀਜ਼ ਅੰਦਰ ਕਰਕੇ ਮੂੰਹ ਬੰਦ ਕਰਨ ਲਈ, ਮੂੰਹ ਦੇ ਅੰਦਰਲੇ ਹਿੱਸੇ ਦੇ ਵੱਖ-ਵੱਖ ਸਥਾਨਾਂ ਨੂੰ ਵੱਖ-ਵੱਖ ਸਵਾਦਾਂ ਨੂੰ ਮਾਣਨ ਲਈ ਵਰਤਿਆ ਜਾਂਦਾ ਹੈ। ਇਸਤਰੀ ਇਸ ਲਈ ਸੁੰਦਰ ਹੁੰਦੀ ਹੈ। ਤੇ ਆਕਰਸ਼ਿਤ ਕਰਦੀ ਹੈ ਕਿਉਂਕਿ ਉਸ ਦੀਆਂ ਅੱਖਾਂ ਕੰਨ ਨੱਕ ਜੀਬ ਚਮੜੀ ਆਦ ਸਾਰੇ ਗਿਆਨ ਇੰਦਰੀ ਸੂਖਮ ਕੂਲੇ ਨਰਮ ਤਿੱਖੇ ਤੇ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਪੁਰਸ਼ ਦਾ ਸੁਭਾਅ ਲੱਠੇ ਵਾਲਾ ਹੁੰਦਾ ਹੈ ਇਸਤਰੀ ਦਾ ਸ਼ਨੀਲ ਵਰਗਾ ਪੁਰਸ਼ ਦੇ ਮੀਟਰ ਵੱਡੇ ਤੇ ਸਖਤ ਹੁੰਦੇ ਹਨ ਇਸਤਰੀ ਦੇ ਛੋਟੇ ਤੇ ਨਰਮ ਅਗਲੀ ਘਟਨਾ ਦੂਜੇ ਵਿਸ਼ਵ ਯੁੱਧ ਵਿੱਚ ਫਰਾਂਸ ਦਾ ਇੱਕ ਫੌਜੀ ਜ਼ਖਮੀ ਹੋ ਗਿਆ ਸੀ ਤੇ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਉਹਦਾ ਇਲਾਜ ਚੱਲ ਰਿਹਾ ਸੀ ਮਾਂ ਨੇੜਲੇ ਸ਼ਹਿਰ ਚ ਰਹਿੰਦੀ ਸੀ ਤੇ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਸੀ ਪਰ ਮਿਲਣ ਨਹੀਂ ਸੀ ਦਿੱਤਾ ਜਾ ਰਿਹਾ ਤਾਂ ਕਿ ਕਿਦਰੇ ਉਹ ਜ਼ਖਮੀ ਫੌਜੀ ਖੁਸ਼ੀ ਦੀ ਉਤੇਜਨਾ ਨਾਲ ਹੀ ਨਾ ਮਰ ਜਾਏ ਮਾਂ ਨਰਸ ਬਣ ਕੇ ਉਹਦੀ ਦੇਖਭਾਲ ਕਰਨ ਲਈ ਪਹੁੰਚੀ ਜਦੋਂ ਉਹਨੇ ਜ਼ਖਮੀ ਫੌਜੀ ਦੇ ਮੱਥੇ ਤੇ ਹੱਥ ਰੱਖਿਆ ਤਾਂ ਮਰੀਜ਼ ਬੋਲਿਆ ਤੁਹਾਡੇ ਹੱਥ ਦੀ ਛੋਹ ਚ ਮਾਂ ਦੇ ਪਿਆਰ ਦਾ ਨਿਗ ਮਿਲਦਾ ਹੈ ਇਸ ਨਿਗ ਕਾਰਨ ਹੁਣ ਮੈਂ ਜਲਦੀ ਠੀਕ ਹੋ ਜਾਵਾਂਗਾ ਅਗਲੀ ਕਹਾਣੀ ਬੀਮਾ ਕੰਪਨੀਆਂ ਝੂਠੇ ਕਲੇਮਾਂ ਤੋਂ ਆਪਣੇ ਬਚਾਅ ਲਈ ਕਈ ਢੰਗ ਵਰਤਦੀਆਂ ਹਨ ਇੱਕ ਵਾਰੀ ਸਾਈਕਲਾਂ ਦੇ ਇੱਕ ਗੋਦਾਮ ਦਾ ਬੀਮਾ ਕਰਵਾ ਕੇ ਚਲਾਕ ਤੇ ਬੇਈਮਾਨ ਮਾਲਕ ਨੇ ਝਾੜ ਫੂਸ ਰੱਖ ਕੇ ਤੇ ਸਾਈਕਲਾਂ ਕੱਢ ਕੇ ਅੱਗ ਲਾ ਦਿੱਤੀ ਬੀਮਾ ਕੰਪਨੀ ਨੇ ਕਿਹਾ ਸੜੀਆਂ ਹੋਈਆਂ ਸਾਈਕਲਾਂ ਕਿੱਥੇ ਹਨ ਇਸ ਕਰਕੇ ਹੁਣ ਬੀਮਾ ਕੰਪਨੀਆਂ ਅਗਨੀ ਬੀਮਾ ਕੀਤੀ ਵਸਤ ਦੀ ਫੋਟੋ ਖਿੱਚਦੀਆਂ ਹਨ ਅਗ ਲੱਗਣ ਉਪਰੰਤ ਸਵਾਦਾਰ ਨਿਰੀਖਣ ਕਰਵਾਉਂਦੀਆਂ ਹਨ ਇੱਕ ਬੀਮਾ ਕੰਪਨੀ ਨੇ ਆਪਣਾ ਦਫਤਰ 7ਵੀਂ ਮੰਜ਼ਲ ਉੱਤੇ ਖੋਲ੍ਹਿਆ ਹੋਇਆ ਸੀ ਹਾਦਸੇ ਦੇ ਸ਼ਿਕਾਰ ਵਿਅਕਤੀ ਵਧੇਰੇ ਮੁਆਵਜ਼ੇ ਲਈ ਅਕਸਰ ਝੂਠੇ ਮੁਕੱਦਮੇ ਕਰਦੇ ਸਨ ਕੰਪਨੀ ਨੇ ਆਪਣੀ ਲਿਫਟ ਜਾਣ ਕੇ ਖਰਾਬ ਕੀਤੀ ਹੋਈ ਸੀ ਜਦੋਂ ਕੋਈ ਪੌੜੀਆਂ ਚੜ੍ਹ ਕੇ ਪਹੁੰਚ ਕੇ ਟੁੱਟੀ ਲੱਤ ਦਾ ਮੁਆਵਜ਼ਾ ਮੰਗਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਜੇ ਤੁਹਾਡੀ ਹੱਡੀ ਟੁੱਟੀ ਹੁੰਦੀ ਤਾਂ ਤੁਸੀਂ ਪੌੜੀਆਂ ਚੜ੍ਹ ਕੇ ਇਸ ਦਫਤਰ ਤੇ ਨਹੀਂ ਪਹੁੰਚ ਸਕਦੇ ਸੀ ਇੱਕ ਵਾਰ ਇੱਕ ਵਿਅਕਤੀ ਨੇ ਕਿਹਾ ਕਿ ਉਹਦੀ ਬਾਹਾਂ ਤੇ ਸੱਟ ਲੱਗਣ ਕਾਰਨ ਉਹ ਬਾਹ ਉੱਚੀ ਨਹੀਂ ਕਰ ਸਕਦਾ। ਮੁਆਵਜ਼ੇ ਲਈ ਉਹਨੇ ਮੁਕੱਦਮਾ ਕਰ ਦਿੱਤਾ। ਬੀਮਾ ਕੰਪਨੀ ਦੇ ਵਕੀਲ ਨੇ ਅਦਾਲਤ ਵਿੱਚ ਉਹਨੂੰ ਬਾਹ ਉੱਚੀ ਕਰਨ ਲਈ ਕਿਹਾ। ਉਹਨੇ ਬਾਹ ਅੱਧੀ ਉੱਚੀ ਕੀਤੀ। ਵਕੀਲ ਨੇ ਪੁੱਛਿਆ ਦੁਰਘਟਨਾ ਤੋਂ ਪਹਿਲਾਂ ਬਾਹ ਕਿੰਨੀ ਉੱਚੀ ਜਾ ਸਕਦੀ ਸੀ? ਝੂਠਾ ਮੁਕੱਦਮਾ ਕਰਨ ਵਾਲੇ ਉਸ ਵਿਅਕਤੀ ਨੇ ਪੂਰੀ ਬਾਹ ਪੂਰੀ ਤਰ੍ਹਾਂ ਉੱਚੀ ਕਰ ਦਿੱਤੀ ਤੇ ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ। ਇੱਕ ਕਿਸਤਰੀ ਨੇ ਬੀਮੇ ਦੀ ਰਕਮ ਲੈਣ ਲਈ ਆਪਣਾ ਪਤੀ ਮਾਰ ਦਿੱਤਾ। ਉਹਨੂੰ ਇੱਕ ਦੁਰਘਟਨਾ ਚ ਮਰ ਗਿਆ ਦੱਸਿਆ। ਬੀਮਾ ਕੰਪਨੀ ਨੇ ਅਦਾਲਤ ਵਿੱਚ ਕੋਈ ਹੋਰ ਵਿਅਕਤੀ ਖੜਾ ਕਰਕੇ ਸਾਬਤ ਕਰਨਾ ਚਾਹਿਆ ਕਿ ਇਹਦਾ ਪਤੀ ਹੈ ਤੇ ਜਿਉਂਦਾ ਹੈ। ਉਸ ਇਸਤਰੀ ਨੇ ਕਿਹਾ ਮੇਰਾ ਪਤੀ ਨਹੀਂ ਹੈ ਕਿਉਂਕਿ ਉਹਨੂੰ ਤਾਂ ਮੈਂ ਆਪ ਮਾਰਿਆ ਹੈ। ਉਦੇਸ਼ ਬਿਆਨ ਤੇ ਉਹਨੂੰ ਪਤੀ ਦਾ ਕਤਲ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਧੰਨਵਾਦ।